ਗੁੱਡ ਆਫਟਰਨੂਨ ਸਟੂਡੈਂਟਸ ਵੈਲਕਮ ਟੂ ਆਲ ਇਨ ਯਰ ਆਨਲਾਈਨ ਕਲਾਸਸ ਅਵਰ ਟੀਚਿੰਗ ਸਬਜੈਕਟ ਇਜ਼ ਮੈਥ ਫਾਰ ਕਲਾਸ 7 ਟੂਡੇ ਵੀ ਇੰਟਰੋਡਿਊਸ 5ਥ ਚੈਪਟਰ ਲਾਈਨਸ ਐਂਡ ਐਂਗਲਸ ਸਟੂਡੈਂਟਸ ਅਸੀਂ 5ਥ ਚੈਪਟਰ ਦੀਆਂ ਡੈਫੀਨੇਸ਼ਨਸ ਤੁਹਾਡੇ ਨਾਲ ਇੰਟਰੋਡਿਊਸ ਕਰਨ ਜਾ ਰਹੇ ਹਾਂ ਸੋ ਸਭ ਤੋਂ ਪਹਿਲਾਂ ਸਾਡੇ ਕੋਲ ਡੈਫੀਨੇਸ਼ਨ ਐਜ਼ ਆਫ ਲਾਈਨ ਚੈਪਟਰ ਦਾ ਨਾਮ ਹੈ ਲਾਈਨਸ ਐਂਡ ਐਂਗਲਸ ਸੋ ਸਭ ਤੋਂ ਪਹਿਲੀ ਡੈਫੀਨੇਸ਼ਨ ਸਾਡੀ ਲਾਈਨ ਲਾਈਨ ਕੀ ਹੁੰਦੀ ਹੈ ਸਟੂਡੈਂਟਸ ਲਾਈਨ ਇਜ਼ ਆ ਕਲੈਕਸ਼ਨ ਆਫ ਪੁਆਇੰਟਸ which extends indefinite length and it had no end points line ohna points di collection hundi a ohna points da ikatth hunda ki jinna nu assi agge to bahut sara vadhaa sakde haan kehnda paav ki jinna points da koi end point nahi hunda ਠੀਕ ਹੈ ਜੀ ਔਰ ਉਹਨਾਂ ਨੂੰ ਅਸੀਂ ਅੱਗੇ ਦੀ ਅੱਗੇ ਵਧਾ ਸਕਦੇ ਆ ਉਹ ਸਾਡੇ ਕੋਲ ਕੀ ਹੁੰਦੀ ਆ ਲਾਈਨ ਹੁੰਦੀ ਆ ਲਾਈਨ ਇਸ ਆ ਕਲੈਕਸ਼ਨ ਆਫ ਪੁਆਇੰਟਸ ਲਾਈਨ ਉਹਨਾਂ ਪੁਆਇੰਟਸ ਦੀ ਕਲੈਕਸ਼ਨ ਆ ਵਿਚ 익ਸਟੈਂਡਸ ਇਨਡੈਫਿਨਿਟ ਜਿਨ੍ਹਾਂ ਨੂੰ ਅਸੀਂ ਬਹੁਤ ਅੱਗੇ ਤੱਕ ਵਧਾ ਸਕਦੇ ਆ ਐਂਡ ਇਟ ਹੈਡ ਨੋ ਐਂਡ ਪੁਆਇੰਟਸ ਅਤੇ ਜਿਨ੍ਹਾਂ ਦਾ ਕੋਈ ਵੀ ਐਂਡ ਪੁਆਇੰਟ ਨਹੀਂ ਹੁੰਦਾ ਨੈਕਸਟ ਡੈਫੀਨੇਸ਼ਨ ਆ ਜੀ ਸਾਡੀ ਲਾਈਨ ਸੈਗਮੈਂਟ ਲਾਈਨ ਸੈਗਮੈਂਟ ਕੀ ਹੁੰਦੀ ਆ ਜੀ ਲਾਈਨ ਸੈਗਮੈਂਟ ਇਸ ਪਾਰਟ ਆਫ ਅ ਲਾਈਨ ਕਹਿੰਦੇ ਜਿਹੜੀ ਲਾਈਨ ਸੈਗਮੈਂਟ ਆ ਉਹ ਲਾਈਨ ਦਾ ਪਾਰਟ ਹੁੰਦਾ ਲਾਈਨ ਸਾਡੇ ਕੋਲ ਕੀ ਹੁੰਦੀ ਆ ਸਟੂਡੈਂਟਸ ਜਿਹੜਾ ਕੋਈ ਵੀ ਐਂਡ ਪੁਆਇੰਟ ਨਹੀਂ ਹੁੰਦਾ ਜਿਹਨੂੰ ਅਸੀਂ ਜਿੱਥੇ ਤੱਕ ਮਰਜ਼ੀ ਵਧਾ ਸਕਦੇ ਹਾਂ ਬਟ ਲਾਈਨ ਸੈਗਮੈਂਟ ਲਾਈਨ ਦਾ ਇੱਕ ਪਾਰਟ ਹੁੰਦਾ ਇਟ ਹੈਜ਼ ਟੂ ਐਂਡ ਪੁਆਇੰਟਸ ਲਾਈਨ ਦਾ ਕੋਈ ਐਂਡ ਪੁਆਇੰਟ ਨਹੀਂ ਹੁੰਦਾ ਬਟ ਲਾਈਨ ਸੈਗਮੈਂਟ ਦੇ ਸਾਡੇ ਕੋਲੇ ਦੋ ਐਂਡ ਪੁਆਇੰਟਸ ਹੁੰਦੇ ਆ ਤੇ ਇਹਨਾਂ ਦੀ ਡੈਫੀਨਿਟ ਲੈਂਥ ਹੁੰਦੀ ਆ ਕਹਿਣ ਦਾ ਭਾਵ ਕੀ ਜਿੰਨੀ ਲੈਂਥ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਵਧਾ ਘਟਾ ਸਕਦੇ ਮੀਨੀ ਚੁਣੀ ਲੈਂਥ ਹੁੰਦੀ ਆ ਜੀ ਨੈਕਸਟ ਆ ਜੀ ਸਾਡੇ ਕੋਲ ਰੇ ਰੇ ਇਸ ਆਲਸੋ ਪਾਰਟ ਆਫ ਅ ਲਾਈਨ ਕਿੰਦੇ ਜਿਹੜੀ ਰੇ ਆ ਉਹ ਵੀ ਇੱਕ ਲਾਈਨ ਦਾ ਪਾਰਟ ਆ ਵਿਚ ਐਕਸਟੈਂਡਸ ਓਨਲੀ ਇਨ ਵਨ ਡਾਇਰੈਕਸ਼ਨ ਕਹਿੰਦੇ ਜਿਹਨੂੰ ਸਿਰਫ ਅਸੀਂ ਇੱਕ ਡਾਇਰੈਕਸ਼ਨ ਦੇ ਵਿੱਚ ਕਹਿੰਦੇ ਭਾਵ ਕਿ ਇੱਕ ਸਾਈਡ ਦੇ ਵਿੱਚ ਵਧਾ ਸਕਦੇ ਆ ਇਟ ਹੈਜ਼ ਓਨਲੀ ਵਨ ਐਂਡ ਪੁਆਇੰਟ ਕਹਿੰਦੇ ਇਹਦਾ ਸਿਰਫ ਇੱਕ ਹੀ ਐਂਡ ਪੁਆਇੰਟ ਹੁੰਦਾ ਐਂਡ ਹੈਜ਼ ਨੋ ਡੈਫੀਨਿਟ ਲੈਂਥ ਇਹਦੇ ਵੀ ਕੋਈ ਗਿਣੀ-ਮਿਣੀ ਲੈਂਥ ਨਹੀਂ ਹੁੰਦੀ ਇਹਨੂੰ ਜਿੱਥੋਂ ਤੱਕ ਅਸੀਂ ਵਧਾਉਣਾ ਚਾਹੁੰਦੇ ਆ ਵਧਾ ਸਕਦੇ ਆ ਪਰ ਇੱਕ ਡਾਇਰੈਕਸ਼ਨ ਦੇ ਵਿੱਚ ਇੱਕ ਸਾਈਡ ਦੇ ਵਿੱਚ ਸੋ ਸਾਡੇ ਕੋਲ ਡਾਇਗਰਾਮਸ ਨੇ ਲਾਈਨ ਠੀਕ ਹੈ ਜ ਜਿਹਨੂੰ ਅਸੀਂ ਵਧਾ ਸਕਦੇ ਹਾਂ ਜਿੱਧਰ ਮਰਜ਼ੀ ਲਾਈਨ ਸੈਗਮੈਂਟ ਜਿਹਦੇ ਦੋ ਐਂਡ ਪੁਆਇੰਟਸ ਹੁੰਦੇ ਆ ਰੇ ਜਿਹਦਾ ਇੱਕ ਹੀ ਐਂਡ ਪੁਆਇੰਟ ਹੁੰਦਾ ਇੱਕ ਪਾਸੇ ਨੂੰ ਅਸੀਂ ਵਧਾ ਸਕਦੇ ਆ ਨੈਕਸਟ ਆ ਗਿਆ ਸਾਡੇ ਕੋਲ ਸਟੂਡੈਂਟਸ ਐਂਗਲ ਐਂਗਲ ਸਾਡੇ ਕੋਲ ਕੀ ਹੁੰਦਾ ਐਂਗਲ ਵੈਨ ਟੂ ਰੇਜ਼ ਆਰ ਟੂ ਲਾਈਨ ਸੈਗਮੈਂਟਸ ਟੂ ਰੇਜ਼ ਆਰ ਟੂ ਲਾਈਨ ਸੈਗਮੈਂਟਸ ਮੀਨ ਕਹਿੰਦੇ ਜਦੋਂ ਦੋ ਰੇਜ਼ ਔਰ ਜਦੋਂ ਦੋ ਲਾਈਨ segments ਇੱਕ ਦੂਜੇ ਨਾਲ ਮਿਲਦੀਆਂ ਤਾਂ ਉੱਥੇ ਕੀ ਬਣ ਜਾਂਦਾ ਐਂਗਲ ਬਣ ਜਾਂਦਾ ਜਿਵੇਂ ਤੁਸੀਂ ਦੇਖ ਰਹੇ ਆ ਪੀ ਕਯੂ ਆਰ ਸਾਡੇ ਕੋਲ ਇੱਥੇ ਇੱਕ ਐਂਗਲ ਆ ਇੱਥੇ ਜੀਓ ਬੀ ਐਂਗਲ ਆ ਠੀਕ ਹੈ ਜੀ ਫੇਰ ਸਾਡੇ ਕੋਲ ਆ ਗਿਆ ਜੀ ਕੰਪਲੀਮੈਂਟਰੀ ਐਂਗਲਸ ਕੀ ਹੁੰਦੀ ਹੈ ਜੀ ਕੰਪਲੀਮੈਂਟਰੀ ਐਂਗਲ 5th ਚੈਪਟਰ ਲਈ ਬਹੁਤ ਇੰਪੋਰਟੈਂਟ ਆ ਕੰਪਲੀਮੈਂਟਰੀ ਐਂਗਲਸ ਟੂ ਐਂਗਲਸ ਆਰ ਕਾਲਡ ਕੰਪਲੀਮੈਂਟਰੀ ਐਂਗਲਸ ਇਫ ਦਾ ਸਮ ਆਫ देयर ਮੈਜਰ ਇਸ 90 ਡਿਗਰੀ ਕਹਿੰਦੇ ਦੋ ਐਂਗਲ ਸਾਡੇ ਕੋਲੇ ਉਦੋਂ ਕੰਪਲੀਮੈਂਟਰੀ ਹੋਣਗੇ ਜਦੋਂ ਦੋਨਾਂ ਦਾ ਪਲੱਸ 90 ਡਿਗਰੀ ਦੇ ਬਰਾਬਰ ਹੋਊਗਾ ਦੋ ਸਮਸ ਦਾ ਪਲੱਸ ਜੇਕਰ 90 ਡਿਗਰੀ ਦੇ ਬਰਾਬਰ ਆ ਤਾਂ ਸਮਸ ਸੌਰੀ ਅਗਰ ਦੋ ਐਂਗਲਸ ਦਾ ਸਮਸ 90 ਡਿਗਰੀ ਦੇ ਬਰਾਬਰ ਆ ਤਾਂ ਉਹ ਐਂਗਲ ਕਿਹੜੇ ਹੋਣਗੇ ਕੰਪਲੀਮੈਂਟਰੀ ਐਂਗਲਸ ਇਸੇ ਤਰ੍ਹਾਂ ਸਾਡੇ ਕੋਲ ਹੈ ਜੀ ਸਪਲੀਮੈਂਟਰੀ ਐਂਗਲ ਜਦੋਂ ਸਾਡੇ ਕੋਲ ਦੋ ਐਂਗਲਸ ਦਾ ਸਮ 180 ਡਿਗਰੀ ਦੇ ਇਕੁਅਲ ਹੋਊਗਾ ਦੋ ਐਂਗਲਸ ਦਾ ਸਮ 180 ਡਿਗਰੀ ਦੇ ਇਕੁਅਲ ਹੋਊਗਾ ਤਾਂ ਸਾਡੇ ਕੋਲ ਕੀ ਹੋਣਗੇ ਜੀ ਉਹ ਸਪਲੀਮੈਂਟਰੀ ਐਂਗਲਸ ਸੋ 5.1 ਦੇ ਜੀ ਸਾਡੇ ਕੋਲ ਸਮ ਤੁਸੀਂ ਫਾਈਂਡ ਕਰਨੇ ਆ ਕੰਪਲੀਮੈਂਟਰੀ ਔਰ ਸਪਲੀਮੈਂਟਰੀ ਤਾਂ ਤੁਸੀਂ ਕਿਵੇਂ ਫਾਈਂਡ ਕਰ ਸਕਦੇ ਹੋ ਇੱਕ ਐਕਸ ਸਲੈਕਟ ਕਰ ਸੋ ਇੱਕ ਐਂਗਲ ਤੁਹਾਨੂੰ 기ਵਨ ਹੋਊਗਾ ਇੱਕ ਐਂਗਲ ਨੂੰ ਤੁਸੀਂ ਐਕਸ ਸਲੈਕਟ ਕਰਨਾ ਦੋਨਾਂ ਦਾ ਪਲੱਸ ਅਗਰ ਕੰਪਲੀਮੈਂਟਰੀ ਫਾਈਂਡ ਕਰਨਾ ਤਾਂ 90 ਦੇ ਇਕੁਅਲ ਰੱਖ ਕੇ ਠੀਕ ਆ ਜੀ ਉੱਥੋਂ ਅਸੀਂ ਐਕਸ ਦੀ ਵੈਲਿਊ ਫਾਈਂਡ ਕਰ ਸਕਦੇ ਹਾਂ ਅਗਰ ਸਿ ਕੰਪਲੀਮੈਂਟਰੀ ਐਂਗਲ ਫਾਈਂਡ ਕਰਨੇ ਆ ਤਾਂ ਇੱਕ ਐਂਗਲ ਤੁਹਾਨੂੰ 기ਵਨ ਹੋਊਗਾ ਇੱਕ ਨੂੰ ਅਸੀਂ ਐਕਸ ਲੈਟ ਕਰਕੇ ਦੋਨਾਂ ਦਾ ਪਲੱਸ ਕਿਤੇ ਬਰਾਬਰ ਰੱਖ ਲੈਣਾ 180 ਦੇ ਉੱਥੇ ਸਾਡੇ ਕੋਲ ਐਕਸ ਦੀ ਵੈਲਿਊ ਆ ਜੂਗੀ ਉਹਦਾ ਸਪਲੀਮੈਂਟਰੀ ਐਂਗਲ ਹੋ ਜਾਏਗਾ ਸੋ ਤੁਸੀਂ 5.1 ਦੇ ਤੁਹਾਨੂੰ ਪੀਡੀਐਫ ਜਿਹੜੀ ਭੇਜੀ ਹੋਈ ਆ ਤਾਂ ਤੁਸੀਂ ਇਸ ਕੰਪਲੀਮੈਂਟਰੀ ਔਰ ਸਪਲੀਮੈਂਟਰੀ ਐਂਗਲਸ ਦੀ ਹੈਲਪ ਦੇ ਨਾਲ ਉੱਥੋਂ ਉਹਨਾਂ ਦਾ ਐਕਸ ਦੀ ਵੈਲਿਊ ਫਾਈਂਡ ਕਰਨ ਦੀ ਜਾਂ ਕੰਪਲੀਮੈਂਟਰੀ ਐਂਗਲ ਦਾ ਸਪਲੀਮੈਂਟਰੀ ਐਂਗਲ ਫਾਈਂਡ ਦੀ ਕੋਸ਼ਿਸ਼ ਕਰਨੀ ਹੈ ਸੋ ਥੈਂਕਸ